ਪਰੇਸ਼ਾਨੀਆਂ ਇੱਕ ਮਿੰਟ ਦੇ ਵਿੱਚ ਖਤਮ ਕਰ ਲਾਂ ਤੇ ਮੈਂ ਚਾਹਾਂ ਤੇ ਇਹਨਾਂ ਪਰੇਸ਼ਾਨੀਆਂ ਨੂੰ ਬਹੁਤ ਦੇਰ ਤੱਕ ਆਪਣੇ ਅੰਦਰ ਚੁੱਕੀ ਰੱਖਾਂ, ਬਹੁਤ ਦੇਰ ਤੱਕ। ਔਰ ਮਨੁੱਖੀ ਦਿਮਾਗ ਵੀ ਇਸ ਤਰ੍ਹਾਂ ਦਾ ਵਾ, ਇੰਨੀ ਜੀ ਗੱਲ ਨੂੰ ਇੰਨਾ ਵੱਡਾ ਕਰ ਲੈਂਦਾ। ਪ੍ਰੋਬਲਮ ਕਿਹੜੀ ਜ਼ਿੰਦਗੀ 'ਚ ਨਹੀਂ ਆਉਂਦੀਆਂ? ਕੋਈ ਇੱਕ ਬੰਦਾ ਦੱਸੋ ਜਿਹਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਨਾ ਹੋਵੇ। ਪਰ ਇੰਨੀ ਜੀ ਪ੍ਰੋਬਲਮ ਨੂੰ ਸ਼ਾਮ ਤੱਕ ਮੈਂ ਇੰਨਾ ਵੱਡਾ ਕਰ ਲਾਂ, ਇਹ ਤਾਕਤ ਮੇਰੇ ਕੋਲ ਹੈਗੀ ਆ। ਔਰ ਇਹ ਮੇਰੀ ਉਸ ਜਗ੍ਹਾ ਦੇ ਉੱਤੇ ਤਾਕਤ ਪਈ ਹੈ ਜਿਹੜੀ ਮੈਂ ਕਿਸੇ ਨੂੰ ਵਿਖਾਉਣਾ ਹੀ ਨਹੀਂ ਚਾਹੁੰਦਾ। ਤੇ ਮੈਂ ਪਤਾ ਕੀ ਮੈਨੂਪੁਲੇਟ ਕਰ ਲੈਂਦਾ ਕਿ ਮੇਰਾ ਦੁੱਖ ਆ ਦੂਜੇ ਨੂੰ ਥੋੜੀ ਪਤਾ ਲੱਗਣਾ। ਇੱਕ ਵਾਰੀ ਨਾ ਪ੍ਰੋਫੈਸਰ ਸੀਗਾ ਇਹ 'ਚ, ਮੈਂ ਜਿਹੜੀ ਆ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਨਾ, ਇਹ ਇਸ ਚੀਜ਼ ਦੇ ਨਾਲ ਬੜੀ ਢੁੱਕਦੀ। ਕੋਈ ਪ੍ਰੋਫੈਸਰ ਸੀਗਾ ਤੇ ਕਲਾਸ ਦੇ ਵਿੱਚ ਆਇਆ ਤੇ ਕਹਿੰਦਾ ਬੱਚਿਓ ਇੱਕ ਗਲਾਸ ਲੈ ਕੇ ਆਓ ਪਾਣੀ ਦਾ ਭਰ ਕੇ, ਕੱਚ ਦਾ ਗਲਾਸ। ਉਹਨਾਂ ਨੇ ਕੱਚ ਦਾ ਇੱਕ ਗਲਾਸ ਜਿਹੜਾ ਨਾ ਪਾਣੀ ਦਾ ਭਰ ਕੇ ਲਿਆਂਦਾ ਤੇ ਕਹਿੰਦਾ ਵੀ ਉਹਨੇ ਐਂ ਕਰਕੇ ਉਹ ਕੱਚ ਦਾ ਜਿਹੜਾ ਗਲਾਸ ਨਾ ਪਾਣੀ ਦਾ ਫੜ ਲਿਆ। ਕਹਿੰਦਾ ਇਹ ਇਹਦਾ ਭਾਰ ਕਿੰਨਾ ਕੁ ਹੋਊਗਾ? ਸਾਰੇ ਨੇ ਆਪੋ ਆਪਣੇ ਅੰਦਾਜ਼ੇ ਨਾਲ ਦੱਸਿਆ, ਕਿਸੇ ਨੇ 100 ਗ੍ਰਾਮ ਕਿਹਾ, ਕਿਸੇ ਨੇ ਪਾਈਆ ਕਿਹਾ, ਕਿਸੇ ਨੇ 20 ਗ੍ਰਾਮ ਕਿਹਾ, ਕਿਸੇ ਨੇ 40 ਗ੍ਰਾਮ ਕਿਹਾ। ਜਦੋਂ ਐਂ ਕਰਕੇ ਗਲਾਸ ਫੜਿਆ ਸੀਗਾ, ਕਹਿੰਦਾ ਇਹ ਹੁਣ ਜਿਹੜਾ ਤੁਸੀਂ ਭਾਰ ਦੱਸਦੇ ਪਏ ਜੇ, ਇਹ ਵੱਧ ਜੂਗਾ ਕਿ ਘੱਟ ਜੂਗਾ ਇਤਨਾ ਪਿਆ ਪਿਆ? ਕਹਿੰਦਾ ਸਰ ਐਂ ਨਹੀਂ ਕਿਤਰਾ ਹੋ ਸਕਦਾ, ਜਿੰਨਾ ਭਾਰ ਆ ਇਹਦਾ ਓਨਾ ਹੀ ਰਹੂਗਾ। ਬੱਚੇ ਕਹਿੰਦੇ ਕਹਿੰਦੇ ਕੋਈ ਕੋਈ ਵੀ ਇੱਕ ਘੱਟ ਚੋਂ ਬੱਚਾ ਉੱਠ ਕੇ ਆ ਜਾਏ, ਉਹਨੇ ਅੱਗੇ ਹੋਈ ਇੱਕ ਬੱਚਾ ਠਾ ਲਿਆ, ਕਹਿੰਦਾ ਬੇਟਾ ਤੂੰ ਆ ਜਾ ਇੱਧਰ। ਉਹਨੂੰ ਐਂ ਕਰਕੇ ਨਾ ਉਹਨੂੰ ਗਲਾਸ ਐਂ ਕਰਕੇ ਉਹਨੇ ਫੜਾ ਤਾ ਤੇ ਕਹਿੰਦਾ ਤੂੰ ਇਹਨੂੰ ਗਲਾਸ ਨੂੰ ਫੜੀ ਰੱਖ ਤੇ ਆਪਾਂ ਕਲਾਸ ਸ਼ੁਰੂ ਕਰਦੇ ਹਾਂ। ਉਹਨੇ ਕਲਾਸ ਸ਼ੁਰੂ ਕਰਤੀ, ਪੜ੍ਹਾਈ ਸ਼ੁਰੂ ਕਰਤੀ, ਲੈਸਨ ਸ਼ੁਰੂ ਹੋ ਗਿਆ ਜੋ ਉਦੋਂ ਦਾ ਹੈਗਾ ਸੀ। ਤੇ ਉਹ ਬੱਚੇ ਨੇ ਜਦੋਂ ਐਂ ਗਲਾਸ ਫੜਿਆ ਨਾ, 10 ਕੁ ਮਿੰਟ ਲੰਘੇ, ਕਹਿੰਦਾ ਸਰ ਮੈਂ ਥੱਕ ਗਿਆ ਵਾ। ਕਹਿੰਦਾ ਨਹੀਂ ਕੋਈ ਗੱਲ ਨਹੀਂ, ਤੂੰ ਫੜੀ ਰੱਖ ਪੁੱਤ ਗਲਾਸ ਨੂੰ, ਕੁਛ ਨਹੀਂ ਹੁੰਦਾ, ਗਲਾਸ ਨੂੰ ਫੜੀ ਰੱਖ, ਜਿਹੜਾ ਪਾਣੀ ਦਾ ਗਲਾਸ ਉਹਨੂੰ ਫੜੀ ਰੱਖ। ਥੋੜੀ ਦੇਰ ਪੈਂਦਾ ਬਾਅਦ ਕਹਿੰਦਾ ਸਰ ਗਲਾਸ ਬੜਾ ਭਾਰਾ ਹੋ ਗਿਆ ਜੇ, ਜਦੋਂ ਨੇ ਪਾਣੀ ਦਾ ਗਲਾਸ ਫੜਿਆ ਨਾ, ਕਹਿੰਦਾ ਸਰ ਗਲਾਸ ਬੜਾ ਭਾਰਾ ਹੋ ਗਿਆ। ਕਹਿੰਦਾ ਤੈਨੂੰ ਗੱਲ ਸਮਝ ਲੱਗੀ? ਕਹਿੰਦਾ ਸਰ ਨਹੀਂ। ਕਹਿੰਦਾ ਇਹ ਗਲਾਸ ਭਾਰਾ ਨਹੀਂ ਹੋਇਆ, ਇਹ ਗਲਾਸ ਆ ਸਾਡੀਆਂ ਪ੍ਰੋਬਲਮਸ, ਇਹ ਪਾਣੀ ਦਾ ਗਲਾਸ ਆ ਸਾਡੀਆਂ ਪ੍ਰੋਬਲਮ। ਪਾਣੀ ਜਿਸ ਤਰ੍ਹਾਂ ਓਨੇ ਦਾ ਓਨਾ ਹੀ ਵੇਟ ਰਹਿੰਦਾ, ਸਾਨੂੰ ਕੋਈ ਗੱਲ ਪਤਾ ਲੱਗਦੀ ਆ ਉਹ ਓਨੀ ਰਹਿੰਦੀ ਆ। ਪਰ ਸ਼ਾਮ ਨੂੰ ਕੀ ਹੁੰਦਾ ਵਾ ਕਿ ਉਸ ਪਾਣੀ ਦੇ ਗਲਾਸ ਨੂੰ ਆਪਾਂ ਰੱਖ ਦੇਣਾ ਹੁੰਦਾ, ਆਪਾਂ ਉਹ ਗਲਾਸ ਨੂੰ ਸਾਰਾ ਦਿਨ ਸਾਰੀ ਦਿਹਾੜੀ ਸਾਰਾ ਸਮਾਂ ਫੜੀ ਰੱਖਦੇ ਹਾਂ। ਕਹਿੰਦਾ ਜੇ ਜ਼ਿਆਦਾ ਦੇਰ ਇਹਨੂੰ ਫੜੀ ਰੱਖਾਂਗੇ ਤੇ? ਕਹਿੰਦਾ ਸਰ ਹੋਣਾ ਕੀ ਆ, ਫਿਰ ਸਾਨੂੰ ਲਕਵਾ ਹੀ ਮਾਰਨਾ ਇੰਨੀ ਦੇਰ ਗਲਾਸ ਫੜੀ ਰੱਖਾਂਗੇ ਤੇ? ਕਹਿੰਦਾ ਬਸ ਇਸੇ ਤਰ੍ਹਾਂ ਸਾਡੀ ਸੋਚ ਨੂੰ ਹੀ ਫਿਰ ਲਕਵਾ ਮਾਰ ਜਾਂਦਾ, ਪੈਰਾਲਾਈਜ਼ ਹੋ ਜਾਂਦੀ ਸਾਡੀ ਸੋਚ, ਆਪਾਂ ਕੁਝ ਸੋਚਣ ਵਿਚਾਰਨ ਜੋਗੇ ਨਹੀਂ ਰਹਿੰਦੇ, ਸਾਡੇ ਕੋਈ ਤਾਕਤ ਨਹੀਂ ਰਹਿੰਦੀ। ਸਾਡੇ ਦਿਮਾਗ ਦੇ ਵਿੱਚ ਸਿਰਫ ਇੱਕੋ ਗੱਲ ਫਿੱਟ ਹੋ ਜਾਂਦੀ ਕਿ ਉਹ ਪਾਣੀ ਦਾ ਗਲਾਸ, ਤੇ ਧਿਆਨ ਕਿੱਥੇ ਦਾ ਕਿੱਥੇ ਹੋਣਾ ਬੱਚੇ ਦਾ ਸਾਰੇ ਦਾ ਸਾਰਾ। ਕਹਿੰਦਾ ਜਿੰਨਾ ਚਿਰ ਤੱਕ ਤੂੰ ਗਲਾਸ ਫੜੀ ਰੱਖਿਆ ਤੇਰਾ ਧਿਆਨ ਕਿੱਥੇ ਸੀ? ਕਹਿੰਦਾ ਸਿਰਫ ਸਿਰਫ ਗਲਾਸ ਦੇ ਉੱਤੇ ਧਿਆਨ ਰਿਹਾ। ਉਹ ਗਲਾਸ ਪਾਣੀ ਦਾ ਸਾਡੀ ਪ੍ਰੋਬਲਮ ਆ, ਉਹਨੂੰ ਰੱਖ ਦੇਣਾ, ਉਹ ਪਾਣੀ ਪੀਣਾ ਤੇ ਗਲਾਸ ਨੂੰ ਰੱਖ ਦੇਣਾ। ਪ੍ਰੋਬਲਮ ਆਈ, ਫੇਸ ਕੀਤਾ, ਲੈਟ ਗੋ, ਗਾਂਹ ਤੁਰ ਪਏ। ਪਰ ਆਪਾਂ ਕੀ ਕਰਦੇ ਹਾਂ? ਆਪਾਂ ਨੂੰ ਫੜੀ ਰੱਖਦੇ ਹਾਂ। ਇੱਕ ਦਿਨ ਲੰਘ, 2 ਦਿਨ ਲੰਘ, 3 ਦਿਨ ਲੰਘ, ਮਹੀਨੇ ਲੰਘ, ਸਾਲ ਲੰਘ, ਇੱਕ ਪ੍ਰੋਬਲਮ ਸਾਲਾਂ ਦੀ ਸਾਲ ਚੱਲਣ ਡੀ ਆ। ਫਿਰ ਕੀ ਹੁੰਦਾ? ਫਿਰ ਉਹ ਸਟ੍ਰੈਸ ਨਹੀਂ ਆਉਣੀ ਤੇ ਕੀ ਹੋਣਾ, ਡਿਪਰੈਸ਼ਨ ਨਹੀਂ ਹੋਣਾ ਤੇ ਕੀ ਹੋਣਾ, ਨਸ਼ੇ ਨਹੀਂ ਹੋਣੇ ਜ਼ਿੰਦਗੀ 'ਚ ਤੇ ਕੀ ਹੋਣਾ, ਨੀਂਦਾਂ ਨਹੀਂ ਗਾਇਬ ਹੋਣੀਆਂ ਤੇ ਕੀ ਹੋਣਾ, ਤੇ ਹੁੰਦਾ ਕੀ ਆ? ਕੁਝ ਵੀ ਨਹੀਂ। ਅੱਛਾ, ਜਿੰਨਾ ਫਿਰ ਪਾਣੀ ਪੁਰਾਣਾ ਹੋਈ ਜਾਂਦਾ ਉਹਨਾਂ 'ਚ ਸਮੈਲ ਵੀ ਆਈ ਜਾਂਦੀ ਹੈ, ਉਹਨੇ ਸਾਡੇ ਉਸ ਵਿਚਾਰ ਦੇ ਵਿੱਚ ਸਮੈਲ ਆਉਣੀ ਸ਼ੁਰੂ ਹੋ ਜਾਂਦੀ। ਜਿੰਨੇ ਸਾਡੇ ਅੰਦਰ ਪਏ 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 ਉਹ ਵਿਚਾਰ ਨੂੰ ਟਾਈਮ ਹੋ ਜਾਂਦੇ ਆ, ਉਸ ਗੱਲ ਨੂੰ ਟਾਈਮ ਹੋ ਜਾਂਦੇ ਤੇ ਉਹ ਮਲਟੀਪਲਾਈ ਹੋਈ ਜਾਂਦਾ, ਉਹਦੇ 'ਚ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਆ, ਫਿਰ ਉਸ ਗੰਦੇ ਪਾਣੀ ਦੇ ਵਿੱਚੋਂ ਉਹਦੇ ਵਿੱਚ ਗੰਦ ਜੰਮ ਜਾਂਦਾ। ਤਾਂ ਸਾਡੀ ਲਾਈਫ ਨਾ ਕੁਛ ਉਸ ਪਾਣੀ ਦੇ ਗਲਾਸ ਵਰਗੀ ਆ, ਜਿੰਨੀ ਦੇਰ ਆਪਾਂ ਉਹਨੂੰ ਫੜੀ ਰੱਖਾਂਗੇ ਉਹ ਹੌਲੀ ਹੌਲੀ ਕਰਕੇ ਉਹਦਾ ਭਾਰ ਵਧੀ ਜਾਣਾ, ਵਧੀ ਜਾਣਾ, ਵਧੀ ਜਾਣਾ, ਵਧੀ ਜਾਣਾ, ਇੰਨਾ ਵਧਣਾ ਕਿ ਇੱਕ ਵਾਰੀ ਤਾਂ ਸਾਡੇ ਦਾ ਸਾਰਾ ਸਰੀਰ ਜਿਹੜਾ ਨਾ ਉਹਦੇ ਨਾਲੋਂ ਵੀ ਭਾਰ ਵੱਧ ਜਾਣਾ, ਉਹਦਾ ਸਾਡੀ ਰੂਹ ਦੇ ਉੱਤੇ ਭਾਰ ਪੈ ਜਾਣਾ ਉਸ ਚੀਜ਼ ਦਾ। ਤਾਂ ਸਾਨੂੰ ਇਹ ਜਿਹੜੀਆਂ ਪ੍ਰੋਬਲਮ ਆ ਨਾ, ਇਹਨਾਂ ਨੂੰ ਉਸੇ ਵੇਲੇ ਲੈਟ ਗੋ ਕਰ ਦੇਣਾ ਚਾਹੀਦਾ। ਬੰਦੇ ਦੇ ਅੰਦਰ ਇਹ ਤਾਕਤ ਹੈਗੀ ਜੇ ਚਾਹੇ ਤੇ, ਇਨਸਾਨ ਦੇ ਅੰਦਰ ਇਹ ਤਾਕਤ ਹੈਗੀ ਹੈ, ਤੇ ਜੇ ਨਹੀਂ ਚਾਹੁੰਦਾ ਉਹ
ਜੇ ਵੀ ਮੈਂ ਤੇ ਇੰਜੀ ਆ ਜੀ, ਮੇਰੇ ਤੇ ਸਾਰੀ ਮੇਰੀ ਤੇ ਲਾਈਫ ਹੀ ਖਰਾਬ ਹੋ ਗਈ, ਮੇਰੀ ਤੇ ਕਿਸਮਤ ਵਿੱਚ ਹੀ ਆ ਜੀ ਇਹ ਚੀਜ਼, ਸਾਡੀ ਤੇ ਕਿਸਮਤ ਹੀ ਖਰਾਬ ਹੋ ਗਈ। ਨਹੀਂ, ਕਿਸਮਤ ਖਰਾਬ ਨਹੀਂ ਹੋਈ, ਤੂੰ ਕਿਸਮਤ ਨੂੰ ਗਲਤ ਨਜ਼ਰੀਏ ਨਾਲ ਵੇਖ ਲਿਆ। ਕਿਸਮਤ ਅੱਗੇ ਵਧਣ ਦਾ ਨਾ ਹੀ ਤੂੰ ਉਹਨੂੰ ਬਲੌਕ ਕਰਕੇ ਬਹਿ ਗਿਆ, ਸਿੱਖਣਾ ਬੰਦ ਕਰਤਾ। ਜਿੰਨੀ ਦੇਰ ਤੱਕ ਆਪਾਂ ਸਿੱਖਦੇ ਰਹਾਂਗੇ, ਇੱਕ ਟਾਈਮ ਤਾਂ ਆਏਗਾ ਯਾਰ ਬਸ ਬੜਾ ਕੁਝ ਸਿੱਖ ਲਿਆ ਯਾਰ, ਹੁਣ ਕਿੰਨਾ ਕੁ ਸਿੱਖੀ ਜਾਣਾ। ਕਿਸੇ ਦੀ ਗੱਲ ਨਹੀਂ ਆਪਾਂ ਸੁਣਨਾ ਚਾਹੁੰਦੇ, ਕਿਉਂ? ਕਿਉਂਕਿ ਕੁਝ ਸਿੱਖਣ ਨੂੰ ਨਾ ਮਿਲਦੇ। ਸਿੱਖਣ ਨੂੰ ਮਿਲ ਗਿਆ ਤੇ ਅਪਲਾਈ ਹੋ ਜਾਣਾ, ਅਪਲਾਈ ਹੋ ਗਿਆ ਤੇ ਜ਼ਿੰਦਗੀ ਸੋਹਣੀ ਹੋ ਜਾਣੀ। ਬਸ ਇੰਝ ਹੀ ਹੈ।